subscribe to our YouTube channel. Press the bell icon to get the latest up. ਪੰਜਾਬ ਦੇ ਵਿੱਚ ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਦੂਸਰੇ ਪਾਸੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਇਹ ਘਟਨਾਕ੍ਰਮ ਤੁਹਾਨੂੰ ਇਹ ਦੱਸ ਦੇਵੇਗਾ ਕਿ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹੋਏ ਪਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਕਾਦੀਆਂ ਦੇ ਵਿੱਚ ਇੱਕ ਪਾਸੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਰ ਦੂਸਰੇ ਪਾਸੇ ਚੋਰਾਂ ਦੇ ਵੱਲੋਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਹੁੰਚ ਕੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਰ ਰਾਤੀ ਸਾਨੂੰ ਕੜਕ ਸਾਰ ਫੋਨ ਆਇਆ ਵਾ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਤੇ ਆਪਾਂ 5:30 ਵਜੇ ਆ ਕੇ ਵੇਖੇ ਆ ਤੇ ਤਾਲੇ ਤੇ ਲੱਗੇ ਰਹੇ ਸੀ, ਉਹਨਾਂ ਨੇ ਬੂਹੇ ਕੱਟਦੇ ਆ ਤੇ ਆ ਕੇ ਚੈੱਕ ਕੀਤਾ ਵਾ ਤੇ ਉਹਨਾਂ ਨੇ ਹਾਰ ਹੀ ਬਣੇ ਦੇ ਉਹ ਗੱਲੇ ਦਾ ਤੋੜ ਲੋਕ ਤੋੜ ਕੇ ਨਗਦੀ ਜਿਹੜੀ ਹੈਗੀ ਸੀ ਉਹ ਤੇ ਦੁਕਾਨ ਦਾ ਜਮਾਨ ਜਿਹੜਾ ਖਾਨੇ 'ਚ ਲੱਗਾ ਸੀ ਮਹਿੰਗੀ ਆਈਟਮਾਂ ਕੁੜੀਆਂ ਦੇ ਸਟੇਟਨਿੰਗ ਵਾਲੇ ਵਾਲ ਪਰਫਿਊਮ ਬੋਡੀ ਸਪਰੇ ਲੋਸ਼ਨ ਮਹਿੰਗੇ ਉਹ ਸਾਰਾ ਕੁਝ ਲੈ ਗਏ ਆ ਤੇ ਇਹੀ ਵਾ ਗੁਜ਼ਾਰਿਸ਼ ਵਾ ਕਿ ਜਲਦ ਤੋਂ ਜਲਦ ਜਿਹੜੇ ਚੋਰ ਆ ਉਹ ਫੜੇ ਜਾਣ। 3 ਦੁਕਾਨਾਂ 'ਤੇ ਲਗਾਤਾਰ ਚੋਰੀ ਹੋਈ ਆ, ਇੱਕੋ ਦਿਨ 'ਚ 3 ਜਾਣੇ ਆ ਕੈਮਰੇ 'ਚ ਰਿਕਾਰਡਿੰਗ 'ਚ ਲੱਭੇ ਆ ਤੇ ਬਸ ਇਹੀ ਗੁਜ਼ਾਰਿਸ਼ ਵਾ ਕਿ ਜਲਦ ਤੋਂ ਜਲਦ ਲੱਗੇ ਜਾਣ ਤਾਂ ਕਿ ਕੋਈ ਹੋਰ ਵੀ ਦੁਕਾਨਦਾਰ ਇਹਦੀ ਚਪੇੜ ਵਿੱਚ ਨਾ ਆਏ, ਬਸ ਗੁਜ਼ਾਰਿਸ਼ ਇਹੀ ਹੈ ਮੇਰੀ। ਹਾਂਜੀ, ਪਹਿਲਾਂ ਸਾਡੀ ਦੁਕਾਨ ਦੇ ਬਿਲਕੁਲ ਸਾਹਮਣੇ ਦੁਕਾਨ 'ਤੇ ਚੋਰੀ 8-10 ਦਿਨ ਹੀ ਹੋਏ ਆ, ਉਸ 'ਤੇ ਕੋਈ ਕਾਰਵਾਈ ਨਹੀਂ ਹੋਈ ਜੀ। ਉਹਦੇ ਵੀ ਹਾਰ ਅਤੇ ਪੈਸੇ ਲੈ ਗਏ ਸੀ ਅਤੇ ਸਾਡੀ ਦੁਕਾਨ ਦੇ ਹਾਰ ਪੈਸੇ ਅਤੇ ਨਾਲੇ ਹੀ ਸਮਾਨ ਵੀ ਲੈ ਗਏ ਜੀ। ਉਹੀ ਲੱਗਦੇ ਆ ਚੋਰ, ਵੇਖੋ ਜੀ 10 ਦਿਨ ਹੀ ਹੋਏ ਅਜੇ ਤਾਂ ਤਾਜ਼ੇ, ਕੋਈ ਐਡੀ ਵੱਡੀ ਗੱਲ ਵੀ ਨਹੀਂ। 10 ਦਿਨ ਤੋਂ ਬਾਅਦ ਹੀ ਹੋ ਗਈ ਜੀ ਚੋਰੀ, 3 ਦੁਕਾਨਾਂ 'ਤੇ ਲਗਾਤਾਰ, ਬੜੀ ਵੱਡੀ ਗੱਲ ਆ ਇਹ। ਅਤੇ ਸਵੇਰੇ 5:30 ਵਜੇ ਦਾ ਸਾਨੂੰ ਤਲਾਹ ਮਿਲੀ ਹੈ ਕਿ ਦੁਕਾਨ ਦੇ ਤਾਲੇ ਤੋਲੇ ਟੁੱਟੇ ਪਏ ਨੇ ਤੁਹਾਡੀ ਦੁਕਾਨ ਦੇ। 10,000 ਰੁਪਏ ਲੱਗੇ ਇਹਨਾਂ ਦੇ। ਪ੍ਰਸ਼ਾਸਨ ਨੂੰ ਮੰਗ ਜੀ, ਅੱਗੇ ਵੀ ਸਾਡੇ ਸਾਹਮਣੇ ਦੁਕਾਨ 'ਤੇ ਚੋਰੀ ਹੋਈ ਜੇ ਅੱਜ 10 ਦਿਨ ਪਹਿਲਾਂ ਅਤੇ ਉਹਦਾ ਕੋਈ ਹੱਲ ਨਹੀਂ ਹੋਇਆ ਅਤੇ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਇਹਦਾ। ਇਹ ਮੈਂ 5-6 ਦੁਕਾਨਾਂ ਕਹਿ ਦਿੰਦੇ ਜੇ। ਇਹ ਘਟਨਾ ਵੇਖੋ ਜੀ, ਰਾਤ ਹੋਈਆਂ ਜੇ ਚੋਰੀਆਂ ਸ਼ਹਿਰ ਦੇ ਵਿੱਚ, ਬਾਜ਼ਾਰ ਦੇ ਵਿੱਚ ਚੋਰੀਆਂ ਹੋਈਆਂ, 4-5 ਦੁਕਾਨਾਂ ਦੇ ਤਾਲੇ ਟੁੱਟੇ ਜੇ, ਪ੍ਰਸ਼ਾਸਨ ਸੁੱਤਾ ਵਾ। ਇਹ ਸਾਰੇ ਬਾਜ਼ਾਰ 'ਚ ਅੱਗੇ ਗਾਹਕ ਨਹੀਂ ਹੈਗਾ ਕਿਸੇ ਦੁਕਾਨਾਂ ਦੇ, ਕਿਸੇ ਦੁਕਾਨ ਤੋਂ 10,000, ਕਿਸੇ ਦੁਕਾਨ ਤੋਂ 20,000, ਕਿਸੇ ਦੁਕਾਨ ਤੋਂ 50,000। 10 ਦਿਨ ਪਹਿਲਾਂ ਵੀ ਚੋਰੀ ਹੋਈ, ਉਦੋਂ ਵੀ ਪ੍ਰਸ਼ਾਸਨ ਨੂੰ ਕਿਹਾ ਇਹ, ਉਹਨਾਂ ਨੇ ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ ਕੀਤਾ। ਠੀਕ ਆ ਜੀ, ਅੱਜ ਵੀ ਵੇਖ ਲਓ, ਅੱਜ 5-6 ਦੁਕਾਨਾਂ ਦੇ ਫਿਰ ਤਾਲੇ ਟੁੱਟ ਗਏ ਨੇ, ਪ੍ਰਸ਼ਾਸਨ ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ। ਅਸੀਂ ਤਾਂ ਇਹੀ ਇਹਨਾਂ ਅੱਗੇ ਮੰਗ ਕਰਨੀ ਹੈ ਕਿ ਇਹਨਾਂ ਨੂੰ ਫੜੋ ਅਤੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਚੋਰਾਂ ਦੀ ਕਹਿੰਦੇ ਆ ਜੀ ਸ਼ਨਾਖਤ ਹੋਈ ਆ, ਪਰ ਇਹਨਾਂ ਨੂੰ ਪਤਾ ਵਾ ਇਹ ਚਾਹਣ 'ਤੇ ਕੀ ਨਹੀਂ ਕਰ ਸਕਦੇ, ਸਭ ਕੁਝ ਹੋ ਜਾਂਦਾ ਵਾ। ਸੀਸੀਟੀਵੀ ਕੈਮਰੇ ਵੀ ਹੈਗੇ ਜੀ, ਉਹਨਾਂ 'ਚ ਵੀਡੀਓਜ਼ ਵੀ ਹੈਗੀਆਂ ਨੇ, ਸਭ ਕੁਛ ਹੈਗਾ ਵਾ। 3 ਬੰਦੇ ਆਉਂਦੇ ਉਹੀ ਚੋਰੀ ਕਰਨ ਡੇ, ਉਹੀ ਸਭ ਕੁਛ ਹੈ। 6 ਮਹੀਨੇ ਪਹਿਲਾਂ ਵੀ ਚੋਰੀ ਆਈ, ਉਦੋਂ ਵੀ ਇਹੀ 3 ਬੰਦੇ, ਇਹੀ ਇੱਕ ਲੰਗੜਾ ਸੀਗਾ ਵਿੱਚ, ਇਹੀ ਸਭ ਕੁਛ ਸੀਗਾ, ਪਰ ਕੋਈ ਕਿਸੇ ਦੀ ਕੋਈ ਕਾਰਵਾਈ ਕੋਈ ਨਹੀਂ। ਵਾਰਦਾਤ ਮੇਨ ਬਾਜ਼ਾਰ ਤੋਂ ਤਲਾਹ ਮਿਲੀ ਸੀ ਕਿ ਕੋਈ ਨਾਮਨੂੰ ਵਿਅਕਤੀ 2-3 ਦੁਕਾਨਾਂ ਦੇ ਸ਼ਟਰ ਜਿਹੜੇ ਆ ਉਹਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਮੌਕੇ 'ਤੇ ਆਏ ਹਾਂ, ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕਰਕੇ ਇਹਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਊਗਾ ਜਲਦੀ ਤੋਂ ਜਲਦੀ। ਫਿਲਹਾਲ ਇਹਨਾਂ 3 ਦੱਸੀਆਂ ਮੇਨ ਬਾਜ਼ਾਰ ਵਿੱਚ, ਅਤੇ 1-2 ਦੇ ਜਿਹੜੇ ਆ ਉਹਨਾਂ ਸ਼ਟਰ ਖੋਲ੍ਹਣ ਦੀ ਕੋਸ਼ਿਸ਼। ਅੱਗੇ ਇਹਨਾਂ ਨੂੰ ਐਕਸ਼ਨ ਦਾ ਦਿੱਤਾ, ਹੁਣ ਇਹਨਾਂ ਅੱਗੇ PCR ਮੁਲਾਜ਼ਮ ਤਾਂ ਪੱਕੇ ਅੱਗੇ ਆਉਂਦੇ ਨੇ, ਇਹਨਾਂ ਦੇ ਕੈਮਰਿਆਂ 'ਚ ਵੀ ਆਉਂਦੇ ਆ, ਰਾਤੀ ਵੀ ਆਏ ਨੇ। ਪਰ ਹੁਣ ਇਹਨਾਂ ਨੇ ਸਹਿਯੋਗ ਵੀ ਮੰਗਿਆ ਸੀਗਾ ਕਿ ਤੁਸੀਂ ਵੀ ਚੌਕੀਦਾਰ ਰੱਖ ਲਓ, ਇਹਨਾਂ ਵੀ ਕਿਹਾ ਅਸੀਂ ਵੀ ਰੱਖਾਂਗੇ, ਇਹਨਾਂ ਨੂੰ ਹੁਣ ਪਰਮਾਨੈਂਟ ਜਿਹੜਾ PCR ਜਿਹੜਾ ਵਾ ਬਾਜ਼ਾਰ ਦੇ ਵਿੱਚ ਲਾ ਦਿਆਂਗੇ।